ਸਟੱਡੀ ਐਂਡ ਸੈਟਲ ਇਨ ਡੈਨਮਾਰਕ ਵਿਦ ਸਪਾਊਸ। ਅੱਜ ਸਾਡਾ ਵੀਜ਼ਾ ਆਇਆ ਜੀ ਹਰਦੀਪ ਸਿੰਘ ਦਾ, ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਮਨਜੀਤ ਜੀ, ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ, ਸਾਰੀ ਜਰਨੀ ਸਾਡੇ ਨਾਲ ਕਿੱਦਾਂ ਰਹੀ। ਮਨਜੀਤ, ਕਿੱਦਾਂ ਰਿਹਾ ਐਕਸਪੀਰੀਅੰਸ? ਫਸਟ ਆਫ ਆਲ ਸਰ, ਤੁਹਾਡਾ ਜੋ ਕੰਮ ਹੈ ਨਾ, ਬਹੁਤ ਐਕਸਲੈਂਟ ਹੈ, ਬਹੁਤ ਜ਼ਿਆਦਾ। ਥੈਂਕ ਯੂ ਸੋ ਮਚ। ਸਟਾਰਟਿੰਗ ਤੋਂ ਲੈ ਕੇ ਜਿੱਦਾਂ ਨਾ ਵਾਈਬਸ ਆ ਰਹੀਆਂ, ਹਮੇਸ਼ਾ ਪੋਜ਼ਿਟਿਵ ਹੀ ਆਈਆਂ। ਸਾਡਾ ਪਹਿਲਾਂ ਪੈਸਾ ਬਹੁਤ ਖਰਾਬ ਹੋਇਆ, 20-25 ਲੱਖ ਰੁਪਏ ਖਰਾਬ ਹੋ ਗਿਆ। ਟਾਈਮਿੰਗ ਤਾਂ ਹੋਈ ਹੋਈ ਹੈ ਨਾ, ਟਾਈਮ ਇਜ਼ ਮਨੀ। ਯੈਸ ਯੈਸ, ਦੈਟਸ ਵਾਈ ਇੱਥੇ ਆਇਆ ਸਰ। ਐਡ ਦੇਖੀ ਤੁਹਾਡੀ ਹੈ ਨਾ, ਆਏ ਆ, ਬਲੀਵ ਕੀਤਾ ਕਿ ਇਨ ਫਿਊ ਡੇਜ਼ ਮੇਰੇ ਭਾਬੀ ਦਾ ਆ ਗਿਆ, ਹੁਣ ਬ੍ਰਦਰ ਦਾ ਆ ਗਿਆ। ਚਲੋ, ਮੈਨੀ ਮੈਨੀ ਕੰਗ੍ਰੈਚੁਲੇਸ਼ਨ। ਪਹਿਲਾਂ ਤੁਸੀਂ ਜਿਵੇਂ ਮੋਗੇ ਜਾਂ ਜਲੰਧਰ ਵੀ ਮੈਂ ਦੱਸਿਆ ਸੀ ਤੁਸੀਂ ਕਿ ਅਪਲਾਈ ਕੀਤਾ ਸੀਗਾ, ਆਲਮੋਸਟ ਕਿੰਨੇ ਕੁ ਪੈਸੇ ਤੁਹਾਡੇ ਉੱਤੇ ਖਰਾਬ ਹੋ ਗਏ? ਅਪਰੋਕਸੀਮੇਟ 20 ਲੱਖ ਪਲੱਸ, 20-25 ਲੱਖ ਖਰਾਬ ਹੋ ਗਿਆ। ਸੋ ਇਹ ਵੀਡੀਓ ਸਾਰੇ ਦਰਸ਼ਕਾਂ ਲਈ ਹੈ ਜਿਨ੍ਹਾਂ ਦੇ ਪੈਸੇ ਖਰਾਬ ਹੋ ਚੁੱਕੇ ਨੇ, ਅਲੱਗ ਅਲੱਗ ਜਗ੍ਹਾ 'ਤੇ ਐਕਸਪੈਰੀਮੈਂਟਸ ਹੋਏ ਜਿਨ੍ਹਾਂ ਦੀ ਫਾਈਲਾਂ ਦੇ ਨਾਲ। ਸੋ ਯੂਰਪ ਇੱਕ ਐਸਾ ਡੋਮੇਨ ਹੈ, ਹਰ ਕੋਈ ਯੂਰਪ ਨਹੀਂ ਕਰ ਰਿਹਾ। ਵੀਡੀਓ ਇੰਗਲਿਸ਼ ਤਾਂ ਬਹੁਤ ਦੇਰ ਤੋਂ ਕਰ ਰਿਹਾ, ਤੁਸੀਂ ਦੇਖ ਹੀ ਰਹੇ ਹੋ ਸਾਡੇ ਵੀਜ਼ਾਜ਼ ਇਨ ਆਲ। ਸੋ ਅਗਰ ਤੁਹਾਡੇ ਰਿਫਿਊਜ਼ਲਸ ਨੇ ਮਲਟੀਪਲ, ਤੁਸੀਂ ਪੈਸੇ ਖਰਾਬ ਕਰ ਚੁੱਕੇ ਹੋ, ਫਿਰ ਵੀ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਵਾਰ ਆ ਕੇ ਆਪਣੀ ਅਸੈਸਮੈਂਟ ਜ਼ਰੂਰ ਕਰਾਓ। ਜਿਵੇਂ ਇਹਨਾਂ ਦਾ ਬਣਿਆ ਕੇਸ will help you to migrate abroad as well. Yes. So bahut bahut mubarakat ji. Thank you sir. Bahut tarakkiyan milan. So aaj hi sampark karo Venue English team nal. You can directly call me at 7973160270.